ਕੀ ਤੁਸੀਂ ਇਹਨਾਂ ਕੁੜੀਆਂ ਨੂੰ ਇਹ ਦਿਖਾਉਂਦੇ? ਉੱਥੇ ਬਲਵੀਰੋ ਭਾਬੀ ਸੀਗੀ, ਉਹਨਾਂ ਦੇ ਮਾਮੇ ਦੀ ਨੂੰਹ ਸੀਗੀ, ਉਹ ਕਰੈਕਟਰਲੈਸ ਸੀਗੀ, ਉਹ ਲੁਕ ਲੁਕ ਕੇ ਆਪਣੇ ਘਰ ਵਾਲੇ ਤੋਂ ਮਿਲਦੀ ਸੀਗੀ, ਸਾਰਾ ਕੁਛ ਕਰਦੀ ਕੱਤਰਦੀ ਸੀਗੀ, ਅਤੇ ਆ ਜਾਓ ਤੁਹਾਨੂੰ ਉਹਦੀ ਫਿਲਮ ਦਿਖਾ ਕੇ ਲਿਆਵਾਂ। ਕੀ ਤੁਸੀਂ ਆਪਣੀਆਂ ਨੂੰਹਾਂ ਨੂੰ, ਭੈਣਾਂ ਨੂੰ, ਮਤਾਵਾਂ ਨੂੰ ਆਹ ਕਰੈਕਟਰ ਦਿਖਾਉਣ ਗਏ ਹੋ? ਬੀਬੀ ਜਗੀਰ ਕੌਰ ਨੇ ਆਪਣੀ ਕੁੜੀ ਵੜਤੀ ਸੀ, ਉਹ ਵੀ ਇੱਦਾਂ ਦੀ ਸਟੋਰੀ ਸੀ ਨਾ, ਫਿਰ ਉਹਦੇ ਵੀ ਮੇਲੇ ਲਾਓ। ਬੀਬੀ ਜਗੀਰ ਕੌਰ ਦੇ ਵੀ ਇਸ ਜਿਹੜਾ ਉਹਨੇ ਵੀ ਅਣਖ ਖਾਤਰ ਹੀ ਮਾਰਤਾ ਸੀਗਾ, ਮੈਂ ਤਾਂ ਅਣਖ ਖਾਤਰ ਹੀ ਕਹੂੰਗਾ, ਆਪਣੀ ਕੁੜੀ ਮਾਰਤੀ ਸੀ ਉਹਨੇ, ਹਾਲਾਂਕਿ ਮਾਰਨਾ ਦੋਨਾਂ ਨੂੰ ਚਾਹੀਦਾ ਸੀਗਾ। ਕੁੱਕਰ ਇਹਨਾਂ ਦੇ ਘਰ ਆਉਂਦਾ ਜਾਂਦਾ ਸੀਗਾ, ਅਤੇ ਸ਼ੁਰੂਆਤ ਤਾਂ ਕੁਦਰਤੀ ਗੱਲ ਹੈ ਕਿਉਂਕਿ ਬਲਵੀਰੋ ਭਾਬੀ ਦਾ ਕਰੈਕਟਰ ਇਹੋ ਜਿਹਾ ਸੀਗਾ, ਉਹਨੇ ਹੀ ਲਾਈਨ ਦਿੱਤੀ ਸੀ ਅਤੇ ਕੁੱਕਰ ਉਸ ਪਾਸੇ ਨੂੰ ਉਤਰਿਆ। ਅਤੇ ਫਿਰ ਦੇਖੋ ਬਲਵੀਰੋ ਜਿਹੜੀ ਸੀਗੀ, ਇਹਨਾਂ ਦੇ ਨਾਨਕਿਆਂ ਦੇ ਪਿੰਡ, ਇਹਨਾਂ ਦੇ ਨਾਨਕਿਆਂ ਦੇ ਪਿੰਡ ਦੇ ਵਿੱਚੋਂ ਮਾਮੇ ਦੀ ਨੂੰਹ ਹੀ ਸੀਗੀ। ਕੀ ਦਿਖਾਉਣ ਜਾ ਰਹੇ ਹੋ ਤੁਸੀਂ, ਕਿਹੜਾ ਕਰੈਕਟਰ ਦਿਖਾਉਣ ਜਾ? ਕੀ ਬਲਵੀਰੋ ਭਾਬੀ ਦਾ ਕਰੈਕਟਰ ਬਹੁਤ ਚੰਗਾ ਸੀਗਾ, ਸੁੱਚੇ ਦਾ ਕਰੈਕਟਰ ਬਹੁਤ ਚੰਗਾ ਸੀਗਾ, ਜਾਂ ਨਰਾਇਣੇ ਦਾ ਕਰੈਕਟਰ ਬਹੁਤ ਚੰਗਾ ਸੀ, ਜਾਂ ਕੂਕਰ ਦਾ ਕਰੈਕਟਰ ਚੰਗਾ ਸੀ, ਇਹਨਾਂ 'ਚ ਚੰਗੇ ਕਰੈਕਟਰ ਵਾਲਾ ਕੌਣ ਸੀਗਾ? ਜਾਂ ਭਾਗ ਸਿੰਘ ਜਿਹੜਾ ਵਿਚੋਲਗੀ ਕਰਦਾ ਸੀਗਾ, ਇੱਧਰਲੇ ਸੁਨੇਹੇ ਉੱਧਰ ਅਤੇ ਉੱਧਰਲੇ ਸੁਨੇਹੇ ਉੱਧਰ ਕਰਦਾ, ਜਿਹੜਾ ਪਿੰਡਾਂ ਦੇ ਵਿੱਚ ਜਿਹਨੂੰ ਪੰਜਾਬੀ ਵਿੱਚ ਦੱਲਾ ਕਹਿ ਦਿੰਦੇ ਹਾਂ। ਅਸੀਂ ਤਾਂ ਆਪਣੀਆਂ ਬੱਚਿਆਂ ਨੂੰ ਉਹ ਖਬਰ ਮੈਂ ਦੱਸ ਵੀ ਨਹੀਂ ਸਕਦਾ ਸੁੱਚੇ ਵਾਲੀ, ਕਿ ਉਹਦੀ ਸਾਡੇ ਪਿੰਡ ਬੰਦਾ ਸੀਗਾ, ਉਹਦੀ ਜਨਾਨੀ ਸੀ ਕਰੈਕਟਰਲੈਸ ਤੋਂ ਫਲਾਣੇ ਨਾਲ ਜਾ ਕੇ ਸੌਂਦੀ ਸੀ, ਕਿ ਮੈਂ ਇਹ ਆਪਣੇ ਬੱਚਿਆਂ ਨੂੰ ਦੱਸਾਂ? ਫਿਰ ਇਹ ਦੇਖੋ ਇਹਨਾਂ ਦੇ ਆਪਣਾ ਟੱਬਰ ਕਿਹੋ ਜਿਹਾ ਸਾਰਾ, ਸੁੱਚੇ ਦਾ ਆਪਣਾ ਟੱਬਰ ਕਿਹੋ ਜਿਹਾ ਸਾਰਾ। ਸੁੱਚੇ ਦੇ ਮਾਮੇ ਦਾ ਪੋਤਰਾ ਸੰਤ ਸਿੰਘ ਇਹਦੇ ਕੋਲ ਆਉਂਦਾ ਥੋੜ੍ਹੇ ਚਿਰ ਬਾਅਦ, ਜਿਹਦੀ ਮਾਂ ਦਾ ਨਾਂ ਹੁੰਦਾ ਰਾਜ ਕੌਰ। ਬੀਬੀ ਜਗੀਰ ਕੌਰ ਨੇ ਆਪਣੀ ਕੁੜੀ ਵੜਤੀ ਸੀ, ਉਹ ਵੀ ਇੱਦਾਂ ਦੀ ਸਟੋਰੀ ਸੀ ਨਾ, ਫਿਰ ਉਹਦੇ ਵੀ ਮੇਲੇ ਲਾਓ। ਬੀਬੀ ਜਗੀਰ ਕੌਰ ਦੇ ਵੀ ਇਸ ਜਿਹੜਾ ਉਹਨੇ ਵੀ ਅਣਖ ਖਾਤਰ ਹੀ ਮਾਰਤਾ ਸੀਗਾ, ਮੈਂ ਤਾਂ ਅਣਖ ਖਾਤਰ ਹੀ ਕਹੂੰਗਾ, ਆਪਣੀ ਕੁੜੀ ਮਾਰਤੀ ਸੀ ਉਹਨੇ, ਹਾਲਾਂਕਿ ਮਾਰਨਾ ਦੋਨਾਂ ਨੂੰ ਚਾਹੀਦਾ ਸੀਗਾ। ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹੜੀ ਰਿਲੀਜ਼ ਹੋਣ ਤੋਂ ਬੈਠੀ ਆ, ਉੱਥੇ ਇਹ ਲੋਕ ਕਿੰਨੇ ਕੁ ਇਹ ਬੱਸ ਭਰ ਕੇ ਲੈ ਕੇ ਗਏ ਨੇ, ਕਿੰਨੇ ਕੁ ਲੋਕ ਧਰਨਿਆਂ 'ਤੇ ਗਏ ਨੇ, 120 ਕੱਟ ਲਾ ਕੇ ਉਸ ਫਿਲਮ ਨੂੰ ਰਿਲੀਜ਼ ਕਰਨ ਦਾ ਕਹਿ ਰਹੇ, ਤਾਂ ਉਹ ਵੀ ਪਤਾ ਨਹੀਂ ਹੋਣੀ ਕਿ ਨਹੀਂ। ਉਹਦੇ ਵਾਸਤੇ ਇਹ ਕਿੰਨੇ ਕੁ ਲੋਕ ਨਿਕਲੇ ਨੇ, ਜੈਕਾਰੇ ਲਾ ਕੇ, ਬੱਸਾਂ ਲੈ ਕੇ ਨਿਕਲੇ ਨੇ, ਜਿਹਨਾਂ ਬੱਚਿਆਂ ਨੂੰ ਤੁਸੀਂ ਦਿਖਾਉਣ ਜਾ ਰਹੇ ਹੋ ਕਹਾਣੀ ਸੁੱਚਾ ਸੂਰਮੇ ਦੀ, ਪਤਾ ਨਹੀਂ ਕਿਹੜੀ ਤੁਹਾਨੂੰ ਫਿਲਮ ਲੱਭੀ ਆ। ਚਾਰ ਸਾਹਿਬਜ਼ਾਦੇ ਆਏ ਸੀ ਉੱਥੇ, ਕਿੰਨੀਆਂ ਕੁ ਬੱਸਾਂ ਭਰ ਕੇ ਲੈ ਕੇ ਆਏ ਪਿੰਡ ਵਾਲੇ, ਕਮਾਲ ਹੈ ਯਾਰ, ਮੈਨੂੰ ਬੋਲਣਾ ਪੈ ਗਿਆ, ਅੱਜ ਮੈਂ ਚਾਹੁੰਦਾ ਨਹੀਂ ਸੀ ਬੋਲਣਾ, ਕਿਉਂਕਿ ਜਿਹੜੇ ਪਹਿਲੀ ਤਾਂ ਗੱਲ ਆ, ਜਿਹੜੇ ਉਸ ਫਿਲਮ ਦੇ ਵਿੱਚ ਮੇਨ ਕਿਰਦਾਰ ਆ, ਮੈਂ ਨਾਮ ਨਹੀਂ ਲਵਾਂ, ਤੁਹਾਨੂੰ ਪਤਾ ਹੀ ਹੈ ਸਾਰਾ, ਉਹ ਬੰਦੇ ਦੀ ਫਿਲਮ ਹੀ ਨਹੀਂ ਮੈਂ ਕਦੇ ਦੇਖਦਾ, ਮੈਨੂੰ ਹਾਸਾ ਹੀ ਬਹੁਤ ਆਉਂਦਾ ਉਹਦੀ ਐਕਟਿੰਗ ਤੋਂ। ਸਾਡੇ ਆਪਣੇ ਪਿੰਡ ਦੀ ਹੁਣ ਤੁਹਾਨੂੰ ਮੈਂ ਖਬਰ ਦੱਸਾਂ, ਸਫੀਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡਾ ਪਿੰਡ ਹੈ, ਜੇ ਕਿਤੇ ਪਿੰਡਾਂ ਵੱਲ ਗਏ ਸਾਡੇ ਸਫੀਪੁਰ 'ਤੇ ਜਾ ਕੇ ਉੱਥੇ ਪੁੱਛ ਲਿਓ, ਮੈਂ ਛੋਟਾ ਜਿਹਾ ਸੀਗਾ ਪਰ ਮੈਨੂੰ ਥੋੜ੍ਹਾ ਥੋੜ੍ਹਾ ਯਾਦ ਆ, ਸਾਡੇ ਕਿਸੇ ਬਜ਼ੁਰਗਾਂ ਨੂੰ ਪੁੱਛਿਓ ਇਹ ਵਾਕਿਆ ਜਿਹੜਾ ਮੈਂ ਸੁਣਾਉਣ ਲੱਗਾ। ਹਾਂਜੀ ਮਿੱਤਰੋ ਪਿਆਰਿਓ, ਕੀ ਹਾਲ ਠੀਕ ਠਾਕ ਹੋ ਆਪ ਸਭ ਨੂੰ? ਜੀ ਆਇਆਂ PSK ਮੀਡੀਆ ਗਰੁੱਪ 'ਤੇ, ਔਰ ਆਪ ਸਭ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਰ ਯਾਰਾਂ ਦੋਸਤਾਂ ਨੂੰ ਬੇਨਤੀ ਹੈ ਕਿ ਜਿਹੜੀ ਵੀਡੀਓ ਕਲੂ ਕੀਤੀ ਹੈ, ਇਸ ਵੀਡੀਓ ਨੂੰ ਗੌਰ ਦੇ ਨਾਲ ਦੇਖਣਾ,
ਛੋਟੀ ਜਿਹੀ ਵੀਡੀਓ ਹੈ, 1 ਮਿੰਟ ਤੇ 14 ਸੈਕਿੰਡ ਦੀ ਸਿਰਫ ਵੀਡੀਓ ਆ, ਪਰ ਤੁਹਾਡੀ ਤਵੱਜੋ ਜ਼ਰੂਰ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ। ਤੁਸੀਂ ਇਹ ਬੱਸ ਦੇ ਵਿੱਚ ਲੋਕ ਬੈਠਣਗੇ, ਤੁਸੀਂ ਉਮਰ ਵੀ ਗੌਰ ਨਾਲ ਵੇਖਣੀ ਹੈ ਕਿ ਕਿਸ ਕਿਸ ਉਮਰ ਦੇ ਬੱਚੇ ਨੇ ਵਿੱਚ, ਨੂੰਹਾਂ ਨੇ, ਧੀਆਂ ਨੇ, ਮਾਵਾਂ ਨੇ ਔਰ ਬਜ਼ੁਰਗ ਨੇ, ਨੌਜਵਾਨ ਬੰਦੇ ਵੀ ਨੇ। ਇਹ ਜ਼ਰੂਰੀ ਹੈ ਤੁਹਾਡਾ ਦੇਖਣਾ, ਗੌਰ ਨਾਲ ਵੇਖਿਓ ਤੁਸੀਂ ਅਤੇ ਗੱਲਬਾਤ ਵੀ ਸੁਣਿਓ, ਜੈਕਾਰੇ ਵੀ ਲੱਗ ਰਹੇ ਨੇ ਉਹ ਵੀ ਸੁਣਿਓ। ਬਾਅਦ ਵਿੱਚ ਗੱਲ ਕਰਦੇ ਹਾਂ ਕਿ ਜੈਕਾਰੇ ਲਾਉਣਾ ਇੱਥੇ ਬਣਦਾ ਸੀ ਜਾਂ ਨਹੀਂ ਬਣਦਾ ਸੀ, ਧੀਆਂ ਭੈਣਾਂ ਨੂੰ ਲਿਜਾਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ, ਨੂੰਹਾਂ ਨੂੰ ਉੱਥੇ ਲਿਜਾਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ, ਜਾਂ ਬਜ਼ੁਰਗ ਔਰਤਾਂ ਦਾ ਉੱਥੇ ਜਾਣਾ ਬਣਦਾ ਜਾਂ ਇਹ ਬਜ਼ੁਰਗ ਜਿਹੜੇ ਬੰਦੇ ਨੇ, ਨੌਜਵਾਨ ਬੰਦੇ ਨੇ, ਇਹ ਜਿੱਥੇ ਜਾ ਰਹੇ ਨੇ ਤੁਹਾਨੂੰ ਸਾਰਾ ਵੀਡੀਓ ਵਿੱਚ ਪਤਾ ਲੱਗ ਜਾਏਗਾ। ਔਰ ਉਸ ਤੋਂ ਬਾਅਦ ਫਿਰ ਗੱਲ ਕਰਦੇ ਹਾਂ, ਦੇਖੋ ਮੇਰੀ ਗੱਲ ਨਾਲ ਜਿਹੜੀ ਮੈਂ ਗੱਲ ਕਰਨੀ ਆ, ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋਵੋ, ਜੇ ਸਹਿਮਤ ਹੋਏ ਤਦ ਵੀ ਲਿਖਿਓ, ਜੇ ਨਹੀਂ ਸਹਿਮਤ ਫਿਰ ਵੀ ਲਿਖਿਓ, ਕਿਉਂਕਿ ਮੈਂ ਕਾਫੀ ਦਿਨਾਂ ਤੋਂ ਇਹ ਸਾਰਾ ਕੁਝ ਦੇਖ ਰਿਹਾ ਸੀਗਾ। ਮੈਂ ਸੋਚਿਆ ਗੱਲ ਕਰਾਂ ਨਾ ਕਰਾਂ, ਕਰਾਂ ਨਾ ਕਰਾਂ, ਡਬਲ ਮਾਈਂਡਡ ਜਿਹਾ ਮੈਂ ਸੀਗਾ। ਉਹ ਇਸ ਕਰਕੇ ਕਿਉਂਕਿ ਇੱਕ ਹਵਾ ਜੀ ਚੱਲੀ ਹੋਈ ਆ, ਜਿਹੜੇ ਇਸ ਫਿਲਮ ਨਾਲ ਰਿਲੇਟਡ ਲੋਕ ਨੇ ਉਹਨਾਂ ਦਾ ਜਿਹੜਾ IT ਸੈੱਲ ਉਹ ਬੜਾ ਸੋਲਿਡ ਆ, ਅਤੇ ਉਹ ਬਸ ਫਿਰ ਗਾਲਾਂ ਗੂਲਾਂ ਕੱਢਣ ਲੱਗੇ, ਕੁਛ ਦੇਖਦੇ ਨਹੀਂ ਹੈ ਕਿਸੇ ਨੂੰ। ਮੈਂ ਕਿਹਾ ਚਲੋ ਯਾਰ, ਕਾਹ ਤੋਂ ਮਰਿਆ ਸੱਪ ਗਲ ਪਾਉਣਾ ਜਾਂ ਕਾਹ ਤੋਂ ਛੱਪੜ ਦੇ ਵਿੱਚ ਰੋੜੀਆਂ ਮਾਰ ਮਾਰ ਚਿੱਕੜ ਆਪਣੇ ਪਵਾਉਣਾ। ਪਰ ਫਿਰ ਮੈਨੂੰ ਯਾਦ ਆ ਜਾਂਦੀ ਸੁਰਜੀਤ ਪਾਤਰ ਸਾਹਿਬ ਦੀ ਲਾਈਨ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਧਾਨ ਕੀ ਕਹਿਣਗੇ। ਫਿਰ ਦਿਲ ਕਰਦਾ ਯਾਰ ਗੱਲ ਕਰਨੀ ਚਾਹੀਦੀ ਹੈ, ਜੇ ਕੋਈ ਵੀ ਨਹੀਂ ਗੱਲ ਕਰੇਗਾ ਤਾਂ ਫਿਰ ਇਹ ਸਿਲਸਿਲਾ ਪਤਾ ਨਹੀਂ ਕਿੱਥੇ ਤੱਕ ਚਲੇ ਜਾਏਗਾ, ਅਸੀਂ ਕੀ ਆਪਣੀਆਂ ਧੀਆਂ ਭੈਣਾਂ ਨੂੰ ਦਿਖਾਉਣ ਲੈ ਕੇ ਜਾਵਾਂਗੇ। ਗੱਲ ਸੁੱਚਾ ਸੂਰਮਾ ਦੀ, ਜਿਹੜੀ ਫਿਲਮ ਨਵੀਂ ਆਈ ਹੈ, ਆਹ ਵੀਡੀਓ ਦੇਖੋ, ਬਕਾਇਦਾ ਬੱਸ ਕਰਕੇ ਕੁੜੀਆਂ ਨੂੰ ਉੱਥੇ ਲਿਜਾਉਣ ਲਿਆ ਰਿਹਾ, ਅਤੇ ਕਰੈਕਟਰ ਕੀ ਆ ਉਹ ਤੁਹਾਨੂੰ ਬਾਅਦ ਵਿੱਚ ਕਹਿ ਦੇ, ਪਹਿਲਾਂ ਵੀਡੀਓ ਦੇਖਿਓ, 1 ਮਿੰਟ ਅਤੇ 14 ਸੈਕਿੰਡ ਦੀ ਸਿਰਫ ਵੀਡੀਓ, ਗੌਰ ਨਾਲ ਦੇਖਿਓ ਸੁਣੋ, ਉਮਰਾਂ ਵੀ ਨੋਟ ਕਰਿਓ। ਆ ਸਾਰੇ ਬੰਦੇ ਮਾਈਆਂ ਅੱਜ ਫਿਲਮ ਦੇਖਣ ਜਾਂਦੇ ਆ, ਬਾਬੇ ਦੇ ਸੁੱਚੇ ਸੂਰਮੇ ਦੀ ਸਮਾਧ ਤੋਂ ਤੁਰਿਆ, ਆਹ ਗੱਡੀ ਕਰਾਈ ਹੈ ਅਸੀਂ, ਇਹ ਸਾਰੀਆਂ ਮਾਈਆਂ ਨਾ ਜਾਣਗੀਆਂ ਫਿਲਮ ਦੇਖਣ ਮਾਨਸਾ। ਚਲੋ ਚਲੋ ਚਲੋ, ਆ ਵੇਖੋ ਐਡੇ ਐਡੇ ਬੱਚੇ, ਬੱਚਿਆਂ ਦੀ ਟਿਕਟ ਪੂਰੀ ਲਈ ਹੈ, ਆਹ ਦੇਖੋ ਜੀ, ਆ ਉਮਰਾਂ ਦੇਖਿਓ ਕੁੜੀਆਂ ਦੀਆਂ, ਨੂੰਹਾਂ ਦੀਆਂ, ਜਿਹਨਾਂ ਨੂੰ ਸੁੱਚਾ ਸੂਰਮਾ ਫਿਲਮ ਦਿਖਾਉਣ ਲਿਜਾ ਰਹੇ ਆ, ਜਿਹਦੇ ਕਰੈਕਟਰ ਦੀ ਆਪਾਂ ਗਾਂਹ ਗੱਲ ਕਰਦੇ ਹਾਂ ਫਿਰ। ਬੱਸ ਭਰ ਕੇ ਆ ਦੇਖ ਲਓ ਜੀ, ਬੱਸ ਭਰ ਕੇ ਜਾਂਦੇ ਹਾਂ ਅਸੀਂ, ਕੱਲ੍ਹ ਦੇ ਲੱਗਿਆ ਟਿਕਟਾਂ ਕਰਾਉਣ, ਅੱਜ ਹੋਈਆਂ ਨੇ, 35 ਜਣੇ ਹੋ ਗਏ, 35 ਜਣੇ, 36 ਜਣੇ ਹੋ ਗਏ, 36 ਜਣੇ ਹੋ ਗਏ, ਜੈਕਾਰਾ ਵੀ ਲੱਗ ਰਿਹਾ, ਸੁਣੋ ਜਰਾ। ਅੱਜ ਅਸੀਂ ਚੱਲਿਆਂਗੇ ਦੇਖਣ ਬਾਬੇ ਦੀ ਫਿਲਮ। ਚਲੋ ਜੀ ਆ ਜਾਓ, ਹੁਣ ਗੱਲ ਕਰਦੇ ਹਾਂ, ਸੁੱਚਾ ਸੂਰਮਾ ਫਿਲਮ ਦੇਖਣ ਜਾ ਰਹੇ ਆ, ਮੈਨੂੰ ਤਾਂ ਇਹੀ ਗੱਲ ਨਹੀਂ ਸਮਝ ਆਈ, ਬੜੇ ਛੋਟੇ ਛੋਟੇ ਹੁੰਦੇ ਵੀ ਸੁਣਦੇ ਆਏ ਬਲਵੀਰੋ ਭਾਬੀ, ਬਲਵੀਰੋ ਭਾਬੀ, ਸੁੱਚਾ ਸੂਰਮਾ, ਕੀ ਇਹ ਕਰੈਕਟਰ ਸੀਗਾ ਜਨਾਨੀ ਦਾ, ਜਿਸ ਜਨਾਨੀ ਦਾ ਕਰਕੇ ਸਾਰਾ ਸਿਲਸਿਲਾ ਸ਼ੁਰੂ ਹੋਇਆ। ਨਰੈਣ ਅਤੇ ਸੁੱਚਾ ਦੋਨੋਂ ਭਰਾ ਸਨ, ਇਹਦੇ ਭਰਾ ਦਾ ਵਿਆਹ ਹੋਇਆ ਸੀ, ਸੁੱਚਾ ਕੁਆਰਾ ਸੀਗਾ ਅਤੇ ਨਰੈਣ ਦੀ ਵਾਈਫ ਸ਼ਾਇਦ ਇੰਗਲੈਂਡ ਚਲੇ ਗਈ ਸੀਗੀ, ਅਤੇ ਘਰ ਵਿੱਚ ਕੋਈ ਰੋਟੀ ਪਕਾਉਣ ਨੂੰ ਨਹੀਂ ਸੀ, ਉਹ ਛੱਡ ਕੇ ਚਲੇ ਗਈ ਸੀ ਇੰਗਲੈਂਡ, ਅਤੇ ਜਿਹੜੀ ਗੱਲਾਂ ਸੁਣਨ ਵਿੱਚ ਆਈਆਂ
ਤੇ ਫਿਰ ਦੇਖੋ ਬਲਵੀਰੋ ਜਿਹੜੀ ਸੀਗੀ ਇਹਨਾਂ ਦੇ ਨਾਨਕਿਆਂ ਦੇ ਪਿੰਡ, ਇਹਨਾਂ ਦੇ ਨਾਨਕਿਆਂ ਦੇ ਪਿੰਡ ਦੇ ਵਿੱਚੋਂ ਮਾਮੇ ਦੀ ਨੂੰਹ ਹੀ ਸੀਗੀ। ਦੇਖੋ ਇਹ ਵੀ ਰਿਸ਼ਤੇ ਦੇ ਵਿੱਚੋਂ ਮਾਮੇ ਦੀ ਨੂੰਹ ਹੀ ਸੀਗੀ ਜਿਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਸੀ, ਅਤੇ ਫਿਰ ਇਹਨਾਂ ਨੇ ਉਹਨੂੰ ਲੈ ਆਉਂਦਾ, ਪੈਸੇ ਪੂਸੇ ਦੇ ਕੇ ਲਿਆਂਦਾ ਸੀ, ਕਿਉਂਕਿ ਉਹ ਵੀ ਖਰੀਦ ਕੇ ਲਿਆਉਂਦੀ ਸੀ। ਇਹ ਵੀ ਕਰੈਕਟਰ ਦੇਖੋ, ਖਰੀਦ ਕੇ ਲਿਆਂਦੀ ਸੀ ਬਲਵੀਰੋ ਭਾਬੀ ਵੀ। ਅਤੇ ਬਲਵੀਰੋ ਭਾਬੀ ਜਿਹਦਾ ਕਰਕੇ ਸਾਰਾ ਕੁਛ ਹੋਇਆ ਉਹ ਕਿੰਨੀ ਕੁ ਕਰੈਕਟਰਲੈਸ ਸੀ ਇਹ ਸਾਰਿਆਂ ਨੂੰ ਸੁਣਿਆ ਹੋਏਗਾ। ਉਹ ਪ੍ਰੋਪਰ ਕਰੈਕਟਰਲੈਸ ਸੀਗੀ, ਉਹਦੇ ਬੜੇ ਚੱਕਰ ਚੁੱਕਰ ਜਿਹਾ ਸੀਗੇ, ਅਤੇ ਇਹ ਨਰਾਇਣੇ ਦੇ ਘਰ ਆ ਗਈ। ਦੇਖੋ ਘੂਕਰ ਜਿਹੜਾ ਸੀਗਾ ਉਹ ਸੁੱਚੇ ਦਾ ਦੋਸਤ ਸੀਗਾ, ਅਤੇ ਜਿਹੜੀ ਬਲਵੀਰੋ ਸੀਗੀ ਉਹ ਜਿਹਨੂੰ ਪੰਜਾਬੀ ਅਸਲ ਪੰਜਾਬੀ 'ਚ ਕਹਿ ਲਈਏ ਚਾਲੂ ਸੀਗੀ, ਚਾਲੂ ਜਨਾਨੀ ਸੀਗੀ। ਔਰ ਚਾਲੂ ਜਨਾਨੀ ਜਦੋਂ ਕਿਸੇ ਨੂੰ ਆਪਣੀ ਲਾਈਨ ਦਿੰਦੀ ਹੈ, ਅਤੇ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਬੰਦੇ ਤਾਂ ਹੁੰਦੇ ਹੀ ਕੁੱਤੇ ਨੇ, ਕੋਈ ਘਟੀਆ ਤੋਂ ਘਟੀਆ ਸ਼ਕਲ ਦੀ ਜਨਾਨੀ ਜਾਂ ਕੁੜੀ ਵੀ ਕਿਸੇ ਨੂੰ ਕਵੇ ਲਾਈਨ ਦੇਵੇ ਤਾਂ ਉਹ ਨਾਂਹ ਨਹੀਂ ਕਰਦਾ। ਘੂਕਰ ਇਹਨਾਂ ਦੇ ਘਰ ਆਉਂਦਾ ਜਾਂਦਾ ਸੀਗਾ, ਅਤੇ ਸ਼ੁਰੂਆਤ ਤਾਂ ਕੁਦਰਤੀ ਗੱਲ ਹੈ ਕਿਉਂਕਿ ਬਲਵੀਰੋ ਭਾਬੀ ਦਾ ਕਰੈਕਟਰ ਇਹੋ ਜਿਹਾ ਸੀਗਾ, ਉਹਨੇ ਹੀ ਲਾਈਨ ਦਿੱਤੀ ਸੀ ਅਤੇ ਘੂਕਰ ਉਸ ਪਾਸੇ ਨੂੰ ਉਤਰਿਆ। ਘੂਕਰ ਨਾਲ ਗੱਲਬਾਤ ਉਹਦੀ ਹੋ ਗਈ, ਅਤੇ ਬਾਅਦ ਦੇ ਵਿੱਚ ਸੁੱਚਾ ਘੂਕਰ ਅਤੇ ਬਲਵੀਰੋ ਨੇ ਸਾਜਿਸ਼ ਰਚ ਕੇ ਇਹਨਾਂ ਦੋਨਾਂ ਨੂੰ, ਇਹਨੂੰ ਸੁੱਚੇ ਨੂੰ ਕਹਿੰਦੇ ਵੀ ਆਪਾਂ ਫੌਜ ਦੇ ਵਿੱਚ ਭਰਤੀ ਕਰਾਂ ਤਾਂ ਆਪਾਂ ਬਾਅਦ ਵਿੱਚ ਐਸ਼ ਕਰਾਂਗੇ। ਇਸੇ ਸਾਜਿਸ਼ ਤਹਿਤ ਉਹਨੇ ਪਿਤੇਉਰ ਤੋੜ ਦਿੱਤਾ, ਅਤੇ ਸੁੱਚਾ ਘੂਕਰ ਨੂੰ ਵੀ ਨਾਲ ਲੈ ਗਿਆ। ਸੁੱਚੇ ਨੇ ਅੱਗੇ ਇਹ ਸੋਚਿਆ ਕਿ ਘੂਕਰ ਨੂੰ ਵੀ ਨਾਲ ਲੈ ਜਾਣਾ, ਇਹਨੂੰ ਫੌਜ 'ਚ ਕਰਾ ਦਾਂਗਾ ਅਤੇ ਇੱਥੇ ਜਿਹੜਾ ਗੰਦ ਪੈ ਰਿਹਾ ਘਰ ਦੇ ਵਿੱਚ ਉਹ ਰੁਕ ਜਾਏਗਾ। ਪਰ ਉਹ ਕਹਿੰਦੇ ਨੇ ਜਿਹਨਾਂ ਦੇ ਕਰਤੂਤਾਂ ਦੇ ਮਾੜੇ ਹੋਣ, ਜਿਹਨਾਂ ਨੂੰ ਇਸ਼ਕ ਦੀ ਅੱਗ ਲੱਗੀ ਹੋਵੇ, ਉਹ ਕਿੱਥੋਂ ਰੁਕਦੇ ਨੇ। ਅਤੇ ਬਲਵੀਰੋ ਦੇ ਵੀ ਅੱਗ ਲੱਗੀ ਹੋਈ ਸੀ ਅਤੇ ਘੂਕਰ ਦੇ ਵੀ ਅੱਗ ਲੱਗੀ ਹੋਈ, ਜਦੋਂ ਫੌਜ ਦੇ ਵਿੱਚ ਭਰਤੀ ਹੋਣਗੇ। ਸੁੱਚੇ ਨੂੰ ਸੁੱਚਾ ਨੇ ਸਾਜਿਸ਼ ਤਹਿਤ ਲੈ ਕੇ ਗਿਆ ਉਹ ਘੂਕਰ, ਉਹਦਾ ਵੀ ਪਿਓ ਗਾਂ, ਉਹਨੇ ਉਹਨੂੰ ਲਾਈਨ 'ਚ ਲਾ ਕੇ ਸੁੱਚੇ ਨੂੰ ਆਪ ਬਸ ਖਿਸਕ ਕੇ ਆ ਗਿਆ ਫਿਰ ਪਿੰਡ, ਅਤੇ ਉਹੀ ਸਿਲਸਿਲਾ ਫਿਰ ਸ਼ੁਰੂ ਹੋ ਗਿਆ, ਅਤੇ ਸੁੱਚਾ ਪੁਲਿਸ ਵਿੱਚ ਫੌਜ ਵਿੱਚ ਭਰਤੀ ਹੋ ਗਿਆ। ਕਿਵੇਂ ਛੁੱਟੀ ਹੈ ਇੱਕ ਹਾਲ ਤੁਸੀਂ ਸੁਣੀ ਹੋਈ ਹੈ ਕਿ ਉੱਥੇ ਜਿਹੜਾ ਔਫਿਸਰ ਸੀਗਾ ਉਹਦੇ ਘਰ ਅੱਗ ਲੱਗ ਗਈ, ਬੱਚਿਆਂ ਨੂੰ ਬਚਾਇਆ, ਅਤੇ ਇਸ ਖੁਸ਼ੀ ਵਿੱਚ ਉਹਨੇ, ਮੈਂ ਛੁੱਟੀ ਕਰ ਰਿਹਾ ਕਹਾਣੀ ਨੂੰ, ਕਿ ਇਸ ਖੁਸ਼ੀ ਵਿੱਚ ਉਹਨੂੰ ਛੁੱਟੀ ਦੇ ਦਿੱਤੀ, ਪਰਮਾਨੈਂਟ ਉਹਨੂੰ ਘਰ ਭੇਜ ਦਿੱਤਾ, ਜਿਹੜੇ ਸੁੱਚੇ ਨੇ ਕਿਹਾ ਸੀ ਕਿ ਜੇਕਰ ਤੂੰ ਮੇਰੇ 'ਤੇ ਕੋਈ ਅਹਿਸਾਨ ਕਰਨਾ ਹੀ ਆ ਤਾਂ ਮੈਨੂੰ ਇਸ ਜੌਬ ਦੇ ਵਿੱਚੋਂ ਕੱਢ ਦੇ। ਚਲੋ ਜੀ, ਬੰਦੂਕ ਇੱਕ ਲਈ ਅਤੇ ਆ ਗਿਆ। ਹੁਣ ਗੱਲ ਸਰ ਇਹ ਹੈ ਕਿ ਅਸੀਂ ਇਹਨਾਂ ਧੀਆਂ ਨੂੰ ਭੈਣਾਂ ਨੂੰ ਕੀ ਦਿਖਾਉਣ ਜਾ ਰਹੇ ਹਾਂ, ਕਿ ਤੁਸੀਂ ਇਹਨਾਂ ਕੁੜੀਆਂ ਨੂੰ ਇਹ ਦਿਖਾਉਣ ਜਾ ਰਹੇ ਹੋ ਕਿ ਉੱਥੇ ਬਲਵੀਰੋ ਭਾਬੀ ਸੀਗੀ, ਉਹਨਾਂ ਦੇ ਮਾਮੇ ਦੀ ਨੂੰਹ ਸੀਗੀ, ਉਹ ਕਰੈਕਟਰਲੈਸ ਸੀਗੀ, ਉਹ ਲੁਕ ਲੁਕ ਕੇ ਆਪਣੇ ਘਰ ਵਾਲੇ ਤੋਂ ਮਿਲਦੀ ਸੀਗੀ, ਸਾਰਾ ਕੁਛ ਕਰਦੀ ਕਤਰਦੀ ਸੀਗੀ, ਅਤੇ ਆ ਜਾਓ ਤੁਹਾਨੂੰ ਉਹਦੀ ਫਿਲਮ ਦਿਖਾ ਕੇ ਲਿਆਵਾਂ। ਕੀ ਤੁਸੀਂ ਆਪਣੀਆਂ ਨੂੰਹਾਂ ਨੂੰ, ਭੈਣਾਂ ਨੂੰ, ਮਤਾਵਾਂ ਨੂੰ ਆਹ ਕਰੈਕਟਰ ਦਿਖਾਉਣ ਗਏ ਹੋ? ਮੈਂ ਕਿੰਨਾ ਹੱਦ ਹੀ ਹੋ ਗਈ ਯਾਰ ਸਾਡੇ ਵਾਲੀ, ਮਤਲਬ ਅਸੀਂ ਕੁਛ ਸੋਚਦੇ ਨਹੀਂ ਕਿ ਅਸੀਂ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ। ਫਿਰ ਸੁੱਚੇ ਨੇ, ਸੁੱਚਾ ਜਦੋਂ ਸੀਗਾ ਉੱਥੇ, ਉਹਦੇ ਭਰਾ ਨੇ ਨਰੈਣ ਨੇ ਚਿੱਠੀ ਪਾਈ ਉਹਨੂੰ ਕਿ ਇੱਦਾਂ ਇੱਦਾਂ ਚੱਲ ਰਿਹਾ ਪਿੱਛੇ ਸਿਲਸਿਲਾ, ਤੂੰ ਆ ਕੇ ਦੱਸ ਕੀ ਕਰਨਾ। ਉਹ ਆਇਆ, ਉਹਨੇ ਮਾਰ ਦਿੱਤਾ ਇਹਨੂੰ, ਮੈਂ ਛੋਟੀ ਕਰਕੇ ਸੁਣਾ ਰਿਹਾ ਕਿਉਂਕਿ ਮੈਂ ਚਾਹੁੰਦਾ ਨਹੀਂ ਵੀਡੀਓ ਬਹੁਤ ਹੀ ਲੰਬੀ ਹੋਵੇ। ਘੂਕਰ ਨੂੰ ਮਾਰ ਦਿੱਤਾ। ਦੇਖੋ ਫਿਰ ਅਗਲਾ ਕਰੈਕਟਰ, ਫਿਰ ਕੋਈ ਗਾਵਾਂ ਦੀ ਜਿਹੜੀ ਗੱਲ ਚੱਲਦੀ ਹੈ ਕਿ ਗਾਵਾਂ ਨੂੰ ਕਿਸੇ ਜਨਾਨੀ ਨੇ ਕਿਹਾ ਕਿ ਇਹ ਗਾਵਾਂ ਨੂੰ ਲੈ ਕੇ ਜਾਂਦੇ ਨੇ ਬੁੱਚੜੇ, ਗਾਵਾਂ ਨੂੰ ਮਾਰਦੇ ਨੇ। ਦੇਖੋ ਜਿਹੜਾ ਗਾਵਾਂ ਨੂੰ ਮਾਰਦਾ ਉਹਨੇ ਉਹ ਜਨਾਨੀ ਦੀ ਗੱਲ ਸੁਣ ਕੇ ਜਾ ਕੇ ਤਿੰਨ ਬੁੱਚੜ ਮਾਰ ਦਿੱਤੇ, ਇਨਸਾਨ ਹੀ ਆ ਨਾ ਬੁੱਚੜ ਵੀ, ਉਹ ਵੀ ਮਾਰ ਦਿੱਤੇ। ਅੱਛਾ ਫਿਰ ਅਗਲੀ ਸਟੋਰੀ 'ਤੇ ਆਉਣੇ ਆ। ਫਿਰ ਇਹ ਦੇਖੋ ਇਹਨਾਂ ਦੇ ਆਪਣਾ ਟੱਬਰ ਕਿਹੋ ਜਿਹਾ ਸਾਰਾ, ਸੁੱਚੇ ਦਾ ਆਪਣਾ ਟੱਬਰ ਕਿਹੋ ਜਿਹਾ ਸਾਰਾ। ਸੁੱਚੇ ਦੇ ਮਾਮੇ ਦਾ ਪੋਤਰਾ ਸੰਤ ਸਿੰਘ ਇਹਦੇ ਕੋਲ ਆਉਂਦਾ ਥੋੜ੍ਹੇ ਚਿਰ ਬਾਅਦ, ਜਿਹਦੀ ਮਾਂ ਦਾ ਨਾਂ ਹੁੰਦਾ ਰਾਜ ਕੌਰ। ਉਹ ਆ ਕੇ ਕਹਿੰਦਾ ਕਿ
ਚਾਚਾ ਜਿਹੜਾ ਇਹਦਾ ਭਤੀਜਾ ਲੱਗਦਾ ਰਿਸ਼ਤੇ ਵਿੱਚ, ਕਿਉਂਕਿ ਮਾਮੇ ਦਾ ਪੋਤਰਾ ਸੀਗਾ, ਸੁੱਚੇ ਦਾ ਭਤੀਜਾ, ਕਹਿੰਦਾ ਚਾਚਾ ਮੇਰੀ ਮਾਂ ਗੱਜਣ ਬੇਲੀ ਨਾਲ ਰਹਿੰਦੀ ਆ, ਮਤਲਬ ਉਹ ਵੀ ਕਰੈਕਟਰਲੈੱਸ ਆ, ਉਹ ਘਰ ਛੱਡ ਕੇ ਚਲੇ ਗਈ ਅਤੇ ਉਹ ਵੀ ਫਲਾਨੇ ਨਾਲ ਰਹਿੰਦੀ ਆ। ਹੁਣ ਦੇਖੋ ਤੁਹਾਡਾ ਤਾਂ ਆਪਣਾ ਹੀ ਆਵਾ ਉੱਤੇ ਆ ਪਿਆ ਸੁੱਚੇ ਦੇ, ਉਹ ਤੁਸੀਂ ਕਾਹਦੀਆਂ ਉਹਦੀਆਂ ਵਾਰਾਂ ਗਾਉਂਦੇ ਹੋ। ਸੁੱਚਾ ਕਹਿੰਦਾ ਵੀ ਮੈਂ ਅੱਗੇ ਵੀ ਦੋ ਤਿੰਨ ਕਤਲ ਕਰਤੇ ਆ, ਅਤੇ ਮੈਂ ਜੇ ਹੁਣ ਕਤਲ ਕਰਾਂਗਾ ਮੈਨੂੰ ਜੇਲ੍ਹ ਹੋ ਜਾਏਗੀ, ਸਜ਼ਾ ਹੋ ਜਾਏਗੀ, ਫਾਂਸੀ ਹੋ ਜਾਏਗੀ। ਪਰ ਉਹਦਾ ਭਤੀਜਾ ਕਹਿੰਦਾ ਵੀ ਜੇ ਤੂੰ ਨਾ ਇਹ ਕੁਛ ਕੀਤਾ ਤਾਂ ਮੈਂ ਜਾਂਦਿਆਂ ਜਾਂਦਿਆਂ ਗੱਡੀ ਥੱਲੇ ਆ ਕੇ ਜਾਨ ਦੇ ਦੇਣੀ ਆਪਣੀ। ਚਲੋ ਇਹ ਸੁਣ ਕੇ ਚਲੇ ਗਿਆ, ਮਾਂ ਦਾ ਵੀ ਕੰਮ ਕਰਤਾ। ਹੁਣ ਕਾਤਲ ਤਾਂ ਹੈ ਹੀ ਆ ਨਾ ਬੰਦਾ, ਕਿੰਨੇ ਕਤਲ ਕੀਤੇ। ਪਰ ਗੱਲ ਜਿਹੜੀ ਆ ਸੋਚਣ ਵਾਲੀ ਇਹ ਕਿ ਅਸੀਂ ਦੂਸਰੇ ਪਾਸੇ ਦੇਖੋ, ਅਸੀਂ ਇਹ ਫਿਲਮ ਦੇਖਣ ਲੈ ਕੇ ਜਾ ਰਹੇ ਆਪਣੇ ਧੀਆਂ ਭੈਣਾਂ ਨੂੰ, ਜਿਹੜੀ ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਧੀਆਂ ਭੈਣਾਂ ਦੇ ਨਾਲ ਬੈਠ ਕੇ ਲੋਕਾਂ ਦੇ ਇਹੋ ਜਿਹੇ ਕਰੈਕਟਰ ਦੇਖੀਏ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਸਾਡੇ ਯਾਰ ਹੱਦ ਹੋ ਗਈ, ਫਿਰ ਜੈਕਾਰੇ ਲਾ ਰਹੇ ਨੇ, ਸਪੈਸ਼ਲ ਬੱਸ ਕੀਤੀ ਆ, ਉੱਤੇ ਪੋਸਟਰ ਲਾਇਆ ਹੋਇਆ, ਮੈਂ ਤਾਂ ਫਿਲਮ ਆਪ ਵੀ ਨਾ ਕਦੇ ਵੇਖਾਂ। ਕੀ ਤੁਸੀਂ ਕਹਿੰਦੇ ਹੋ ਕੋਈ ਸ਼ਹੀਦ ਸੀਗਾ ਸੁੱਚਾ ਸੂਰਮਾ? ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹੜੀ ਰਿਲੀਜ਼ ਹੋਣ ਤੋਂ ਬੈਠੀ ਆ, ਉੱਥੇ ਇਹ ਲੋਕ ਕਿੰਨੇ ਕੁ ਇਹ ਬੱਸ ਭਰ ਕੇ ਲੈ ਕੇ ਗਏ ਨੇ, ਕਿੰਨੇ ਕੁ ਲੋਕ ਧਰਨਿਆਂ 'ਤੇ ਗਏ ਨੇ, 120 ਕੱਟ ਲਾ ਕੇ ਉਸ ਫਿਲਮ ਨੂੰ ਰਿਲੀਜ਼ ਕਰਨ ਦਾ ਕਹਿ ਰਹੇ, ਤਾਂ ਉਹ ਵੀ ਪਤਾ ਨਹੀਂ ਹੋਣੀ ਕਿ ਨਹੀਂ। ਉਹਦੇ ਵਾਸਤੇ ਇਹ ਕਿੰਨੇ ਕੁ ਲੋਕ ਨਿਕਲੇ ਨੇ ਜੈਕਾਰੇ ਲਾ ਕੇ, ਬੱਸਾਂ ਲੈ ਕੇ ਨਿਕਲੇ ਨੇ। ਮੈਂ ਕਹਿੰਦਾ ਹੱਦ ਹੀ ਹੋਈ ਆ ਸਾਡੀ ਸੋਚ ਦੀ, ਅਸੀਂ ਕੀ ਦਿਖਾਉਣ ਜਾ ਰਹੇ ਹਾਂ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਧੀਆਂ ਨੂੰ? ਕੀ ਦਿਖਾਉਣ ਜਾ ਰਹੇ ਹੋ ਤੁਸੀਂ? ਕਿਹੜਾ ਕਰੈਕਟਰ ਦਿਖਾਉਣ ਜਾ? ਕੀ ਬਲਵੀਰੋ ਭਾਬੀ ਦਾ ਕਰੈਕਟਰ ਬਹੁਤ ਚੰਗਾ ਸੀਗਾ, ਸੁੱਚੇ ਦਾ ਕਰੈਕਟਰ ਬਹੁਤ ਚੰਗਾ ਸੀਗਾ, ਜਾਂ ਨਰਾਇਣੇ ਦਾ ਕਰੈਕਟਰ ਬਹੁਤ ਚੰਗਾ ਸੀ, ਜਾਂ ਘੂਕਰ ਦਾ ਕਰੈਕਟਰ ਚੰਗਾ ਸੀ? ਇਹਨਾਂ 'ਚ ਚੰਗੇ ਕਰੈਕਟਰ ਵਾਲਾ ਕੌਣ ਸੀਗਾ? ਜਾਂ ਭਾਗ ਸਿੰਘ ਜਿਹੜਾ ਵਿਚੋਲਗੀ ਕਰਦਾ ਸੀਗਾ, ਇੱਧਰਲੇ ਸੁਨੇਹੇ ਉੱਧਰ ਅਤੇ ਉੱਧਰਲੇ ਸੁਨੇਹੇ ਉੱਧਰ ਕਰਦਾ, ਜਿਹੜਾ ਪਿੰਡਾਂ ਦੇ ਵਿੱਚ ਜਿਹਨੂੰ ਪੰਜਾਬੀ ਵਿੱਚ ਦੱਲਾ ਕਹਿ ਦਿੰਦੇ ਹਾਂ, ਕੀ ਉਹ ਕਰੈਕਟਰ ਚੰਗਾ ਸੀਗਾ? ਜਾਂ ਫਿਰ ਸੁੱਚੇ ਦੇ ਭਤੀਜਾ ਜਿਹੜਾ ਆਇਆ ਸੀ ਕਿ ਰਾਜ ਕੌਰ ਮੇਰੀ ਮਾਂ ਫਲਾਨੇ ਦੇ ਘਰ ਰਹਿੰਦੀ ਆ, ਉਹ ਵੀ ਘਰ ਬਾਰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲੱਗ ਪਏ ਸੀ, ਕਿ ਇਹ ਕਰੈਕਟਰ ਦਿਖਾਉਣ ਜਾ ਰਹੇ ਹੋ ਤੁਸੀਂ ਆਪਣੀਆਂ ਭੈਣਾਂ ਨੂੰ ਅਤੇ ਆਪਣੀਆਂ ਮਾਵਾਂ ਨੂੰ ਅਤੇ ਆਪਣੀਆਂ ਨੂੰਹਾਂ ਨੂੰ? ਯਾਰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ। ਖਾਲੜਾ ਵਿਚਾਰੇ, ਉਹਦੀ ਫਿਲਮ 120 ਕੱਟ ਲੱਗ ਰਹੇ ਨੇ ਅਤੇ ਪਤਾ ਨਹੀਂ ਰਿਲੀਜ਼ ਹੋਣੀ ਆ ਜਾਂ ਨਹੀਂ ਫਿਲਮ, ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦਾ ਚਾਨਣ ਮੁਨਾਰਾ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਬੰਦੇ ਦੀ ਫਿਲਮ ਰਿਲੀਜ਼ ਤੋਂ ਬੈਠੀ ਆ, ਤੁਸੀਂ ਕਿੰਨੇ ਕੁ ਬੱਸਾਂ ਭਰ ਕੇ ਲਿਜਾ ਰਹੇ ਹੋ ਇਸ ਫਿਲਮ ਵਾਸਤੇ? ਸੁੱਚਾ ਸੂਰਮਾ, ਸੁੱਚਾ ਸੂਰਮਾ, ਸੁੱਚਾ ਸੂਰਮਾ, ਕਿਉਂ ਕੌਣ ਸੀ ਸੁੱਚਾ ਸੂਰਮਾ? ਯਾਰ ਹੱਦ ਹੋ ਗਈ। ਤੁਹਾਨੂੰ ਦੋ ਗੱਲਾਂ ਸੁਣਾਉਣਾ ਸਾਡੇ ਪਿੰਡਾਂ ਦੀਆਂ। ਮੇਰੇ ਲਾਗੇ ਪਿੰਡ ਆ ਅਲੀਚੱਕ, ਅਲੀਚੱਕ ਦੇ ਵਿੱਚ ਦੋ ਸਕੀਆਂ ਭੈਣਾਂ ਕਿਸੇ ਮੁੰਡੇ ਨਾਲ ਚਲੇ ਗਈਆਂ ਸੀ। ਉਹ ਮੁੰਡੇ ਦਾ ਚਾਚਾ ਸੀਗਾ, ਦੁਬਈ ਰਹਿੰਦਾ, ਉਹ ਆ ਗਿਆ ਸੀ ਵਾਪਸ ਕਿ ਕੁੜੀਆਂ ਜੋ ਪਤਾ ਲੱਗਾ ਚਲੇ ਗਈਆਂ। ਉਹ ਬੰਦੇ ਨੇ ਚਲੋ ਕੁੜੀਆਂ ਲੱਭ ਲਿਆਂਦੀਆਂ, ਸਿਖਰ ਦੁਪਹਿਰੇ ਉਹਨੇ ਦੋਨੇ ਕੁੜੀਆਂ ਸੜਕ ਕੰਢੇ ਵੱਢਤੀਆਂ ਸੀ। ਫਿਰ ਤੂੰ ਵੀ ਸੁੱਚਾ ਸੂਰਮਾ ਹੋਇਆ ਨਾ, ਉਹਦੇ ਮੇਲੇ ਲਾਓ, ਉਹਦੇ 'ਤੇ ਵੀ ਫਿਲਮ ਬਣਾਓ, ਉਹ ਵੀ ਸੁੱਚਾ ਸੂਰਮਾ ਹੋਇਆ ਨਾ। ਫਿਰ ਸਾਡੇ ਆਪਣੇ ਪਿੰਡ ਦੀ ਹੁਣ ਤੁਹਾਨੂੰ ਮੈਂ ਖਬਰ ਦੱਸਾਂ, ਸਫੀਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡਾ ਪਿੰਡ ਹੈ। ਜੇ ਕਿਤੇ ਪਿੰਡਾਂ ਵੱਲ ਗਏ ਸਾਡੇ ਸਫੀਪੁਰ, ਅਤੇ ਜਾ ਕੇ ਉੱਥੇ ਪੁੱਛ ਲਿਓ, ਮੈਂ ਛੋਟਾ ਜਿਹਾ ਸੀਗਾ ਪਰ ਮੈਨੂੰ ਥੋੜ੍ਹਾ ਯਾਦ ਆ, ਸਾਡੇ ਕਿਸੇ ਬਜ਼ੁਰਗਾਂ ਨੂੰ ਪੁੱਛੋ ਇਹ ਵਾਕਿਆ ਜਿਹੜਾ ਮੈਂ ਸੁਣਾਉਣ ਲੱਗਾ। ਸਾਡੇ ਪਿੰਡ ਇੱਕ ਦੁਕਾਨ ਹੁੰਦੀ ਸੀ ਅਤੇ ਕੁਦਰਤੀ ਗੱਲ ਹੈ ਕਿ ਉਸ ਬੰਦੇ ਦਾ ਦੁਕਾਨਦਾਰ ਦਾ ਨਾਮ ਵੀ ਸੁੱਚਾ ਸਿੰਘ ਹੀ ਸੀਗਾ। ਜਿੱਥੋਂ ਇਹ ਦੁਕਾਨ ਸੀ ਉਹ ਦੁਕਾਨ ਦੇ ਪਿੱਛੇ ਸਰਦਾਰਾਂ ਦਾ ਘਰ ਹੁੰਦਾ ਸੀਗਾ, ਹਵੇਲੀ ਜਿਹਨੂੰ ਕਹਿੰਦੇ ਸੀਗੇ।
ਹਵੇਲੀ ਵਾਲਿਆਂ ਦਾ ਮੁੰਡਾ ਸੀ, ਬੜਾ ਜਵਾਨ, ਬੜਾ ਸੋਹਣਾ, ਉੱਚਾ ਲੰਬਾ, ਗੱਭਰੂ ਜਵਾਨ। ਉਹ ਸੁੱਚੇ ਦੀ ਵਾਈਫ ਸੀਗੀ ਸੋਹਣੀ, ਉਹਦਾ ਨਾਮ ਮੇਰਾ ਖਿਆਲ ਹੈ ਕਿ ਜੀਤੋ, ਜੀਤੋ ਕਰਕੇ ਸੀਗਾ, ਮੈਨੂੰ ਯਾਦ ਆ, ਜੀਤੋ ਕਰਕੇ ਨਾਮ ਸੀ ਉਹਦੀ। ਉਹਦੇ ਨਾਲ ਸੈਟਿੰਗ ਹੋ ਗਈ ਅਤੇ ਸੁੱਚੇ ਨੇ ਰੰਗੇ ਹੱਥੀਂ ਫੜ ਲਿਆ ਸੀ ਉਹਨੂੰ, ਅਤੇ ਉਹਨੇ ਸੁੱਚੇ ਨੇ ਉਹਨਾਂ ਦੀ ਹਵੇਲੀ ਦੇ ਵਿੱਚ ਖੁੱਲ੍ਹਾ ਮੈਦਾਨ ਹੁੰਦਾ ਸੀਗਾ, ਹੁਣ ਤੱਕ ਰਿਹਾ ਉਹ ਪਿੱਛੇ ਜਾ ਹਵੇਲੀ ਢਾਟੂ ਦਿੱਤੀ, ਪਰ ਸਾਡੇ ਪਿੰਡ ਜਾ ਕੇ ਖਬਰ ਸੁਣਿਓ, ਉਹ ਸੁੱਚੇ ਨੇ ਦੋਨਾਂ ਨੂੰ ਸਿਖਰ ਦੁਪਹਿਰੇ ਉਹਨੇ ਵੀ ਹਵੇਲੀ ਦੇ ਵਿੱਚ ਗੱਭੇ ਲਿਆ ਕੇ ਵੱਢਤੇ ਸੀਗੇ, ਜੇਲ੍ਹ 'ਚ ਰਿਹਾ ਬਹੁਤ ਸਾਲ। ਫਿਰ ਤਾਂ ਉਹ ਵੀ, ਉਹਦੇ ਵੀ ਮੇਲੇ ਲਾਓ, ਉਹਦੇ 'ਤੇ ਵੀ ਫਿਲਮਾਂ ਬਣਾਓ, ਕਹਾਣੀ ਤਾਂ ਇਹੋ ਸੀ ਨਾ, ਕਹਾਣੀ ਤਾਂ ਸੇਮ ਹੀ ਆ ਨਾ, ਉਹ ਸੁੱਚੇ ਦੀ ਵੀ ਅਤੇ ਆ ਸੁੱਚੇ ਦੀ ਵੀ ਅਤੇ ਅਲੀ ਚੱਕ ਪਿੰਡ ਦੀ ਵੀ। ਯਾਰ ਤੁਸੀਂ ਕੀ ਦਿਖਾਉਣ ਜਾ ਰਹੇ ਹੋ? ਅਸੀਂ ਤਾਂ ਆਪਣੀਆਂ ਬੱਚਿਆਂ ਨੂੰ ਉਹ ਖਬਰ ਮੈਂ ਦੱਸ ਵੀ ਨਹੀਂ ਸਕਦਾ ਸੁੱਚੇ ਵਾਲੀ, ਕਿ ਉਹਦੀ ਸਾਡੇ ਪਿੰਡ ਬੰਦਾ ਸੀਗਾ, ਉਹਦੀ ਜਨਾਨੀ ਸੀ, ਕਰੈਕਟਰਲੈਸ ਤੋਂ ਫਲਾਣੇ ਨਾਲ ਜਾ ਕੇ ਸੌਂਦੀ ਸੀ, ਕਿ ਮੈਂ ਇਹ ਆਪਣੇ ਬੱਚਿਆਂ ਨੂੰ ਦੱਸਾਂ? ਜਿਹਨਾਂ ਬੱਚਿਆਂ ਨੂੰ ਤੁਸੀਂ ਦਿਖਾਉਣ ਜਾ ਰਹੇ ਹੋ ਕਹਾਣੀ ਸੁੱਚਾ ਸੂਰਮੇ ਦੀ, ਪਤਾ ਨਹੀਂ ਕਿਹੜੀ ਤੁਹਾਨੂੰ ਫਿਲਮ ਲੱਭੀ ਆ। ਚਾਰ ਸਾਹਿਬਜ਼ਾਦੇ ਆਏ ਸੀ ਉੱਥੇ, ਕਿੰਨੀਆਂ ਕੁ ਬੱਸਾਂ ਭਰ ਕੇ ਲੈ ਕੇ ਗਏ ਆਹ ਪਿੰਡ ਵਾਲੇ, ਕਮਾਲ ਹੈ ਯਾਰ। ਮੈਨੂੰ ਬੋਲਣਾ ਪੈ ਗਿਆ, ਜੇ ਮੈਂ ਚਾਹੁੰਦਾ ਨਹੀਂ ਸੀ ਬੋਲਣਾ, ਕਿਉਂਕਿ ਜਿਹੜੇ ਪਹਿਲੀ ਤਾਂ ਗੱਲ ਆ, ਜਿਹੜੇ ਉਸ ਫਿਲਮ ਦੇ ਵਿੱਚ ਮੇਨ ਕਿਰਦਾਰ ਆ, ਮੈਂ ਨਾਮ ਨਹੀਂ ਲਵਾਂ, ਤੁਹਾਨੂੰ ਪਤਾ ਹੀ ਹੈ ਸਾਰਾ, ਉਹ ਬੰਦੇ ਦੀ ਫਿਲਮ ਹੀ ਨਹੀਂ ਮੈਂ ਕਦੇ ਦੇਖਦਾ, ਮੈਨੂੰ ਹਾਸਾ ਹੀ ਬਹੁਤ ਆਉਂਦਾ ਉਹਦੀ ਐਕਟਿੰਗ ਤੋਂ, ਕਿਉਂਕਿ ਇਹ ਲੋਕ ਪੈਦਾਇਸ਼ੀ ਐਕਟਰ ਨਹੀਂ ਹੈਗੇ, ਇਹ ਬਾਅਦ ਵਿੱਚ ਬਣੇ ਹੋਏ ਨੇ ਆਲਾ ਦੁਆਲਾ ਦੇਖ ਕੇ। ਮੈਨੂੰ ਤਾਂ ਐਕਟਿੰਗ ਨਹੀਂ ਕਦੇ ਪਸੰਦ ਆਈ, ਚਲੋ ਐਕਟਿੰਗ ਨੂੰ ਵੀ ਸਾਈਡ 'ਤੇ ਰੱਖ ਲਓ, ਪਰ ਕਰੈਕਟਰ ਕਿਹੜਾ ਤੁਸੀਂ ਦਰਸਾਉਣਾ ਕੀ ਚਾਹੁੰਦੇ ਹੋ? ਕਿਹੜੀ ਤੁਸੀਂ ਦੱਬੇ ਹੋ ਮੁਰਦੇ ਪੱਟ ਪੱਟ ਆਪਣੀਆਂ ਧੀਆਂ ਭੈਣਾਂ ਨੂੰ ਦਿਖਾਉਣਾ ਚਾਹੁੰਦੇ ਹੋ? ਇੱਦਾਂ ਦੀਆਂ ਤਾਂ ਲੱਖ ਸਟੋਰੀਆਂ ਨੇ। ਬੀਬੀ ਜਗੀਰ ਕੌਰ ਨੇ ਆਪਣੀ ਕੁੜੀ ਵੜਤੀ ਸੀ, ਉਹ ਵੀ ਇੱਦਾਂ ਦੀ ਸਟੋਰੀ ਸੀ ਨਾ, ਫਿਰ ਉਹਦੇ ਵੀ ਮੇਲੇ ਲਾਓ। ਬੀਬੀ ਜਗੀਰ ਕੌਰ ਦੇ ਵੀ ਇਸ, ਜਿਹੜਾ ਉਹਨੇ ਵੀ ਅਣਖ ਖਾਤਰ ਹੀ ਮਾਰਤਾ ਸੀਗਾ, ਮੈਂ ਤਾਂ ਅਣਖ ਖਾਤਰ ਹੀ ਕਹੂੰਗਾ, ਆਪਣੀ ਕੁੜੀ ਮਾਰਤੀ ਸੀ ਉਹਨੇ, ਹਾਲਾਂਕਿ ਮਾਰਨਾ ਦੋਨਾਂ ਨੂੰ ਚਾਹੀਦਾ ਸੀਗਾ। ਯਾਰ ਕਾਹਦੇ ਵਾਸਤੇ ਤੁਸੀਂ ਪੈਸੇ ਕਮਾਉਣ ਕਰਕੇ ਪੈਸੇ ਲਾਈ ਜਾਂਦੇ ਹੋ, ਫਿਰ ਤੁਹਾਡੇ ਵੱਡੇ ਵੱਡੇ ਆਉਂਦੇ, ਲਓ ਜੀ ਇੰਨੇ ਘੰਟੇ ਵਿੱਚ ਇੰਨੇ ਕਰੋੜ ਦਾ ਬਿਜ਼ਨਸ ਕਰ ਲਿਆ, ਦੁਰਲਾਂਤ ਯਾਰ ਤੁਹਾਡੇ ਇਹੋ ਜਿਹੇ ਬਿਜ਼ਨਸ ਦੇ, ਜਿਹੜਾ ਤੁਸੀਂ ਪਰੋਸ ਰਹੇ ਹੋ ਲੋਕਾਂ ਨੂੰ ਧੱਕੇ ਨਾਲ। ਸੋ ਮੈਂ ਬਸ ਇੰਨੀ ਗੱਲ ਕਰਨੀ ਸੀ, ਅਤੇ ਖਾਲੜਾ ਬਾਰੇ ਗੱਲਬਾਤ, ਉਹ ਫਿਲਮ ਬਾਰੇ ਕਿਸੇ ਦਿਨ ਸਪੈਸ਼ਲ ਐਪੀਸੋਡ ਕਰਾਂਗੇ, ਮੈਂ ਨਹੀਂ ਚਾਹੁੰਦਾ ਫਿਲਮ ਵੀਡੀਓ ਜ਼ਿਆਦਾ ਲੰਬੀ ਹੋ ਜਾਏ, 15 ਮਿੰਟ ਦੀ ਵੀਡੀਓ ਹੋ ਗਈ ਆ, ਤੁਸੀਂ ਜ਼ਰੂਰ ਪੂਰੀ ਵੀਡੀਓ ਵੇਖਣਾ। ਸਤਿ ਸ਼੍ਰੀ ਅਕਾਲ।